ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਰੇਕ ਸਿਗਰਟ ਤੇ ਸਿੱਧੇ ਤੌਰ ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ ਸੀਐਨਐਨ ਦੇ ਪ੍ਰਕਾਰ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਤੰਬਾਕੂ ਦਾ ਧੂਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਿਗਰਟ ਕਾਰਨ ਲਿਊਕੀਮੀਆ ਅਤੇ ਹਰ ਕਸ਼ ਵਿੱਚ ਜ਼ਹਿਰ ਹੈ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਦੇ ਵਿੱਚ ਲਿਖੇ ਜਾਣਗੇ ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਹਰ ਸਿਗਰਟ ਅਤੇ ਸਿਹਤ ਸੰਬੰਧੀ ਚੇਤਾਵਨੀਆਂ ਦਰਜ ਕਰਨਾ لازمی ਹੋਏਗਾ ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਤੰਬਾਕੂ ਨੋਸ਼ੀ ਛੱਡਣ ਨੌਜਵਾਨਾਂ ਨੂੰ ਬਚਾਉਣ ਅਤੇ ਤੰਬਾਕੂ ਨਾ ਪੀਣ ਵਾਲਿਆਂ ਲਈ ਨਿਕੋਟੀਨ ਦੀ ਲਤ ਨੂੰ ਰੋਕਣ 'ਚ ਮਦਦ ਕਰੇਗਾ ਦਰਅਸਲ ਕੈਨੇਡਾ ਨੇ 2035 ਤੱਕ ਇਹ ਟੀਚਾ ਰੱਖਿਆ ਕਿ ਉਹ ਤੰਬਾਕੂ ਦੀ ਵਰਤੋਂ ਨੂੰ 5% ਤੱਕ ਘਟਾ ਦੇਗਾ ਕੈਨੇਡਾ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਇਹ ਨਵਾਂ ਨਿਯਮ 1 ਅਗਸਤ ਤੋਂ ਲਾਗੂ ਹੋ ਜਾਏਗਾ ਅਗਸਤ ਤੋਂ ਬਾਅਦ ਹਰ ਸਿਗਰਟ ਤੇ ਇਹ ਚੇਤਾਵਨੀ ਲਿਖੀ ਹੋਏਗੀ ਇਸ ਨੂੰ ਪੜਾਵਾਰ ਅਲਾਗੂ ਕੀਤਾ ਜਾਏਗਾ April 2024 ਦੇ ਅੰਤ ਤੱਕ 프ਾਚੂਨ ਵਿੱਚ ਸਿਗਰਟ ਵੇਚਣ ਵਾਲਿਆਂ ਲਈ ਇਸ ਚੇਤਾਵਨੀ ਦੇ ਨਾਲ ਕੇਵਲ ਸਿਗਰਟ ਵੇਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਕਿੰਗ ਸਾਈਜ਼ ਸਿਗਰਟਸ ਤੇ ਜੁਲਾਈ 2024 ਤੱਕ ਸਿਹਤ ਚੇਤਾਵਨੀ ਹੋਣੀ ਚਾਹੀਦੀ ਹੈ ਜਦੋਂ ਕਿ ਨਿਯਮ ਆਕਾਰ ਦੀਆਂ ਸਿਗਰਟਸ ਤੇ April 2025 ਤੱਕ ਸਿਹਤ ਚੇਤਾਵਨੀ ਹੋਣੀ ਚਾਹੀਦੀ ਹੈ ਸਿਗਰਟ ਪੀਣ ਦੇ ਨਾਲ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ ਸਿਗਰਟ ਨਾ ਕੇਵਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ ਬਲਕਿ ਕੈਂਸਰ ਦਿਲ ਦੇ ਰੋਗ ਸਟ੍ਰੋਕ ਸਾਧੀਆਂ ਸਮੱਸਿਆਵਾਂ ਹੋਰ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ ਸਿਗਰਟ ਦਾ ਧੂਆਂ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਸਿਗਰਟ ਦਾ ਸੇਵਨ ਸਾਹ ਪ੍ਰਣਾਲੀ ਸੰਚਾਰ ਪ੍ਰਣਾਲੀ ਪ੍ਰਜਨਨ ਪ੍ਰਣਾਲੀ ਚਮੜੀ ਅਤੇ ਅੱਖਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ